ਭਾਰਤੀ ਰੇਲਵੇ ਨੇ ਆਪਣੀਆਂ ਸਾਰੀਆਂ ਹੈਲਪਲਾਈਨਾਂ ਲਈ ਇੱਕ ਸਿੰਗਲ ਹੈਲਪਲਾਈਨ ਨੰਬਰ 139 ਜਾਰੀ ਕੀਤਾ ਹੈ ਜਿਹੜਾ ਪਹਿਲਾਂ ਤੋਂ ਚੱਲ ਰਹੇ ਹੈਲਪਲਾਈਨ ਨੰਬਰਾਂ ਦੀ ਥਾਂ ਲਵੇਗਾ ਇਹ ਨੰਬਰ ਯਾਤਰਾ ਦੌਰਾਨ ਫੌਰੀ ਸ਼ਿਕਾਇਤ ਦਰਜ ਕਰਵਾਉਣ ਸ਼ਿਕਾਇਤਦਾ ਹਲਕਾਉਣ ਤੇ ਜਾਂਚ ਲਈ ਰੇਲਵੇ ਹੈਲਪਲਾਈਨ ਵੱਜੋਂ ਕੰਮ ਕਰੇਗਾ ਰੇਲਵੇ ਵੱਲੋਂ ਇਹ ਤਬਦੀਲੀ ਇਸ ਲਈ ਕੀਤੀ ਗਈ ਹੈ ਤਾਂ ਜੋ ਯਾਤਰੀ ਸਾਰੀਆਂ ਲੋੜਾਂ ਲਈ ਇੱਕ ਹੀ ਨੰਬਰ ਨੂੰ ਯਾਦ ਰੱਖ ਸਕਣ। ਰੇਲਵੇ ਮੰਤਰਾਲਾ ਦੇ ਇੱਕ ਬੁਲਾਰੇ ਨੇ ਨਵੀਂ ਦਿੱਲੀ ਤੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਪਿਛਲੇ ਸਾਲ ਵੱਖਵਾਕ ਰੇਲਵੇ ਸ਼ਿਕਾਇਤ ਸੰਬੰਧੀ ਹੈਲਪਲਾਈਨਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਤੇ ਹੁਣ ਹੈਲਪਲਾਈਨ ਨੰਬਰ 182 ਨੂੰ ਵੀ 1 ਅਪ੍ਰੈਲ ਤੋਂ ਬੰਦ ਕਰ ਦਿੱਤਾ ਜਾਵੇਗਾ ਜਿਸ ਮਗਰੋਂ ਇਹ ਸਹੂਲਤ ਵੀ ਹੁਣ 139 ਨੰਬਰ ਤੇ ਹੀ ਮਿਲ ਸਕੇਗੀ। ਹੈਲਪਲਾਈਨ ਨੰਬਰ 139 ਯਾਤਰੀਆਂ ਲਈ 12 ਵੱਖੋ ਵਕਰੀਆਂ ਪਾਸ਼ਾਵਾ ਵਿੱਚ ਉਪਲਬਧ ਹੋਵੇਗਾ।